ਫਤਿਹ ਸਿੰਘ ਜੀ ਸਾਹਿਬ ਦੀ ਯਾਦ ਜਿਹੜਾ ਸ਼ਹੀਦੀ ਦਿਵਸ ਸੀ ਅੱਜ ਉਹਨਾਂ ਦਾ, ਅੱਜ ਇਹ ਉਹੀ ਦਿਨ ਹੈ ਜਿਸ ਦਿਨ ਮਲੇਰ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਹਾਦਾ ਨਾਰਾ ਮਾਰਿਆ ਸੀ ਅਤੇ ਇਸੇ ਦਿਨ ਉਹਨਾਂ ਨੂੰ ਸ਼ਹਾਦਤ ਸੁਣਾਈ ਗਈ ਸੀ। ਅਤੇ ਇਹ ਅੱਜ ਸਾਡੇ ਲੋਕਾਂ 'ਚ ਜਿਹੜੇ ਮੁਸਲਮਾਨ ਭਾਈਚਾਰਾ ਹੈ ਇਹ ਸਾਰੇ ਮਿਲ ਕੇ ਆਪਸੀ ਮਿਲ ਕੇ ਉਸੇ ਜਿਹੜੇ ਕੜੀ ਦੇ ਅੱਗੇ ਇਹ ਹਾਦਾ ਨਾਰਾ ਮਾਰ ਰਹੇ ਨੇ ਕਿ ਅੱਜ ਵੀ ਜਿਹੜੇ ਮੁਸਲਮਾਨ ਨੇ ਉਹ ਉਹਨਾਂ ਦੇ ਲਈ ਸਦਭਾਵਨਾ ਰੱਖਦੇ ਨੇ ਅਤੇ ਹਮੇਸ਼ਾ ਇਹ ਸਦਭਾਵਨਾ ਬਰਕਰਾਰ ਰਹੇਗੀ ਕਿਉਂਕਿ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਔਰ ਇਹ ਜ਼ੁਲਮ ਦੇ ਜਿਹੜੇ ਖਿਲਾਫ ਆਵਾਜ਼ ਹੈ ਹਮੇਸ਼ਾ ਉਚੁੱਕੀ ਜਾਂਦੀ ਰਹੇਗੀ। ਔਰ ਇਸਲਾਮ ਵੀ ਇਸ ਚੀਜ਼ ਨੂੰ ਤਵੱਜੋ ਦਿੰਦਾ ਔਰ ਇਸਲਾਮ 'ਚ ਹੈ ਕਿ ਜੇ ਕਿਸੇ ਬੱਚੇ 'ਤੇ ਜ਼ੁਲਮ ਕੀਤਾ ਜਾਂਦਾ ਤਾਂ ਅਸੀਂ ਉਹਦੇ ਨਾਲ ਨਹੀਂ ਖੜ ਸਕਦੇ, ਉਹ ਮੁਸਲਮਾਨ ਹੋ ਹੀ ਨਹੀਂ ਸਕਦਾ ਜਿਹੜਾ ਕਿਸੇ ਦੇ ਭਰਾ ਜਾਂ ਬਾਪ ਦੇ ਲਈ ਸਜ਼ਾ ਉਹ ਬੱਚਿਆਂ ਨੂੰ ਦਿੱਤੀ ਜਾਵੇ। ਮਲੇਰਕੋਟਲਾ ਦੀ ਪਵਿੱਤਰ ਧਰਤੀ ਜਿੱਥੋਂ ਸਾਹਿਬਜ਼ਾਦਿਆਂ ਨੂੰ ਜਦੋਂ ਸਜ਼ਾ ਮੁਕਰਰ ਕਰਨ ਲੱਗੇ ਸੀ ਉਹਨਾਂ ਦੇ ਹੱਕ ਦੇ ਵਿੱਚ ਹਾਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਧਰਤੀ ਦੇ ਉੱਤੇ ਮੈਡਮ ਜਹਿਦਾ ਸੁਲੇਮਾਨ ਜੋ ਸ਼੍ਰੋਮਣੀ ਅਕਾਲੀ ਦਲ ਦੀ ਰਹਿਨਮਾਈ ਕਰਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੋਸਤਾਨਾ ਸੰਬੰਧਾਂ ਦੇ ਤਹਿਤ ਇੱਕ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੇ ਤਹਿਤ ਬਹੁਤ ਵੱਡੀ ਉਦਾਹਰਣ ਹੈ ਅੱਜ ਕਿ ਇਹਨਾਂ ਵੱਲੋਂ ਲੰਗਰ ਚਲਾਇਆ ਗਿਆ, ਚਾਹ ਦਾ, ਪਕੌੜਿਆਂ ਦਾ, ਬਰੈਡਾਂ ਦਾ, ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਲੋਕ ਆਏ ਨੇ। ਇਹ ਬਹੁਤ ਇਹਨਾਂ ਦਾ ਸ਼ਲਾਘਾਯੋਗ ਉਪਰਾਲਾ, ਇਹੋ ਜਿਹੜੇ ਲੀਡਰ ਨੇ ਇਹਨਾਂ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ। ਕੁਝ ਦਿਨ ਪਹਿਲਾਂ ਇਹਨਾਂ ਨੇ ਭਾਵੇਂ ਬਾਦਲ ਸਾਹਿਬ ਦੇ ਜਨਮ ਦਿਨ 'ਤੇ ਖੂਨਦਾਨ ਕੈਂਪ ਲਾਇਆ ਸੀ ਜਿਹੜਾ ਇੱਕ ਵਿਲੱਖਣ ਕੰਮ ਸੀਗਾ, ਅੱਜ ਵੀ ਇਹਨਾਂ ਨੇ ਵਿਲੱਖਣ ਸ਼ਖਸੀਅਤ ਦੇ ਤੌਰ 'ਤੇ ਕੰਮ ਕੀਤਾ। ਅਸੀਂ ਮੈਡਮ ਜਹਿਦਾ ਸੁਲੇਮਾਨ ਨਾਲ ਹਮੇਸ਼ਾ ਨਾਲ ਹਾਂ, ਇਹ ਬਹੁਤ ਵਧੀਆ ਕੰਮ ਕਰ ਰਹੇ ਨੇ, ਇਲਾਕੇ ਦੀ ਰਹਿਨਮਾਈ ਕਰਦੇ ਨੇ। ਪਾਰਟੀ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਉਣ ਵਾਲੇ ਸਮੇਂ ਭਵਿੱਖ ਦਾ ਸਾਡਾ ਇੱਥੋਂ ਦੀ ਅਗਵਾਈ ਕਰਤਾ ਬਣਾਇਆ ਜਾਵੇ। ਦਾਦੀ ਜੀ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ। ਸਾਡੀ ਵਰਗੀ ਜਿਹੜੀ ਪੀੜ੍ਹੀ ਹੈ ਜਿਹੜੀ ਕਿਤਾਬਾਂ ਨਾਲ ਇੰਨਾ ਨਹੀਂ ਜੁੜੀ ਹੁੰਦੀ, ਇਹ ਜਿਹੜੇ ਲੰਗਰ ਨੇ ਇਹਨਾਂ ਨਾਲ ਆਪਾਂ ਯਾਦ ਰੱਖ ਸਕਦੇ ਹਾਂ। ਸਾਡੇ ਵਰਗੇ ਹੋਰ ਵੀ ਜਵਾਕ ਆਉਂਦੇ ਨੇ, ਹੋਰ ਛੋਟੇ ਬੱਚੇ ਆਉਂਦੇ ਨੇ, ਪੰਜ ਦਸ ਦਸ ਸਾਲਾਂ ਦੇ, ਉਹ ਪੁੱਛਦੇ ਨੇ ਵੀ ਕਿਉਂ ਇਹ ਲੰਗਰ ਲਗਾਇਆ ਗਿਆ। ਇਹਦੇ ਕਰਕੇ ਆਪਾਂ ਜਿਹੜੇ ਆਪਣੇ ਪੁਰਾਣੇ ਜਿਹੜੇ ਵੀਰ ਸੀਗੇ, ਆਪਣੀ ਜਿਹੜੀ ਹਿਸਟਰੀ ਸੀ ਉਹਦੇ ਨਾਲ ਆਪਾਂ ਰੂਬਰੂ ਰਹਿੰਦੇ ਹਾਂ, ਆਪਾਂ ਉਹਨੂੰ ਯਾਦ ਰੱਖਦੇ ਹਾਂ, ਠੀਕ ਹੈ। ਔਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਿੱਥੋਂ ਉੱਠੇ ਹੋਏ ਹਾਂ, ਕੀ ਆਪਣੀ ਵਿਚਾਰਧਾਰਾ ਹੋਣੀ ਚਾਹੀਦੀ ਹੈ। ਦੂਸਰਾ, ਜਿਹੜਾ ਮਲੇਰਕੋਟਲੇ ਦੇ ਵਿੱਚ ਲੰਗਰ ਲਗਾਇਆ ਗਿਆ, ਸਿਰਫ ਆਪਣੇ ਦੇਸ਼ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਕਾਇਮ ਕਰਨ ਵਾਸਤੇ ਇਹ ਲੰਗਰ ਲਗਾਇਆ ਗਿਆ।